ਚਿੱਕੜ ਬਹੁਤ ਜ਼ਿਆਦਾ। ਸੁੱਕਾ ਜਾਊਗਾ, ਲੇਕ ਵੀ ਜੰਮੀ ਆ, ਪਾਣੀ ਜੰਮ ਗਿਆ, ਬ੍ਰਿਜ ਆ ਇੱਕ, ਆਹ ਟਮਾਟਰ ਲੰਮੇ ਪੈ ਗਏ, ਆਹ ਵੀ ਕੰਮ ਔਖਾ ਹੀ ਆ ਸਾਨੂੰ ਕਹਿੰਦਾ, ਅੱਗੇ ਨਿੱਕੇ ਹੁੰਦੇ ਨਾ ਇੱਥੇ ਸਮੱਸਿਆ ਜਿਹੜੀ ਕ੍ਰੀਏਟ ਹੁੰਦੀ। ਇੱਥੋਂ ਇਹ ਲੋਹਸਰ ਆ, ਇਹ ਲੋਹਸਰ ਤੋਂ ਇੱਕ ਕਿਲੋਮੀਟਰ ਬਾਅਦ ਸਾਰੀਆਂ ਰੇਂਜਾਂ ਬੰਦ ਹੋ ਜਾਂਦੀਆਂ, ਮੈਂ ਕਿਸੇ ਦਾ ਫੋਨ ਨਹੀਂ ਕਰਨਾ, ਅਤੇ ਕਿਉਂਕਿ ਪਾਸ ਆ ਜਾਣਾ ਵਾ, ਅਤੇ ਬਾਅਦ 'ਚ ਕੋਕਸਰ ਇੱਥੋਂ 90 ਕਿਲੋਮੀਟਰ ਆ। ਫਿਰ ਆਉਂਦੀ ਆ, ਇਹਨੇ ਮਿੱਟੀ ਡਾਲ ਦੇਣੀ, ਹੁਣ ਇਹਨੇ ਭੂਤ ਬਣਾ ਦੇਣਾ, ਮੈਂ ਆਪਣੇ ਆਪ ਨੂੰ ਇੱਦਾਂ ਕਵਰ ਕਰ ਲਿਆ। ਇਹਨੂੰ ਬਾਈਪਾਸ ਕਰਤਾ ਗਿਆ ਵਾ, ਖੂਬਸੂਰਤ ਵਾਦੀ ਆ ਜਾਂਦੀ ਆ, ਇੱਧਰ ਵੀ ਵੇਖੋ ਅਤੇ ਇੱਧਰ ਵੀ ਵੇਖੋ, ਪਹਾੜ ਵੇਖੋ, ਤਾਂ ਬਰਫਾਂ ਵਾਲੇ ਬਰਫਾਂ ਹੀ ਆ। ਇਹਦੇ ਅੰਦਰ ਇਹਦੇ ਅੰਦਰ ਖੇਤੀ ਹੋਈ ਆ, ਖੇਤੀ ਚਾਰ ਦਵਾਰੀ ਕੀਤੀ ਪੱਥਰਾਂ ਦੀ, ਅੰਦਰ ਉਹ ਵੇਖੋ ਕੰਮ ਔਰਤਾਂ ਕੰਮ ਕਰਨ ਡੀਆਂ, ਕੋਈ ਚੀਜ਼ ਬੀਜਣ ਡੀਆਂ, ਭੂਮੀ ਇਹਨਾਂ ਨੇ ਪਹਾੜਾਂ ਦੇ ਵਿੱਚ ਬੀਜਣ ਯੋਗ ਬਣਾਉਂਦੀ ਆ, ਬਹੁਤ ਸੋਹਣਾ ਵਾ। ਲੰਘ ਜਾਓ ਜੀ, ਲੰਘ ਜਾਓ, ਲੰਘ ਜਾਓ, ਸਾਹਮਣੇ ਵਿਊ ਵੇਖੋ, ਵਿਊ ਸਮਝ ਨਹੀਂ ਲੱਗਣ ਡੀ ਵੀ ਇਹ ਮਿੱਟੀ ਆ, ਰੇਤ ਆ, ਕੀ ਆ, ਪਤਾ ਨਹੀਂ ਕੋ ਲੱਗਣ ਡਿਆ, ਇੰਨਾ ਜ਼ਬਰਦਸਤ ਕੰਮ ਆ, ਉਹਦੇ ਮਗਰ ਚੱਲਣ ਦੀ ਫੋਟੋਗ੍ਰਾਫੀ। ਹੌਲੀ ਹੌਲੀ ਜ਼ਬਰਦਸਤ ਕੰਮ, ਜ਼ਬਰਦਸਤ 29 ਕਿਲੋਮੀਟਰ ਕਿਆਟੂ, ਵਾਟਰ ਕਰਾਸਿੰਗ, ਹਾਂਜੀ ਪਹਿਲੀ ਵਾਟਰ ਕਰਾਸਿੰਗ। ਲੈਂਡਸਕੇਪ ਜਿਹੜਾ ਨਾ, ਉਹਦਾ ਤਾਂ ਪਤਾ ਹੀ ਲੱਗ ਰਿਹਾ ਵੀ ਬਿਲਕੁਲ ਹੀ।
ਚੌਂਕ ਬਣਦਾ ਵਾ ਕਾਇਟੋ 2 ਕਿਲੋਮੀਟਰ ਆ, ਮੈਂ ਕਿਹਾ ਖੱਬੇ ਹੋਣਾ ਵਾ ਲੋਸਰ, ਆਪਾਂ ਹੁਣ ਲੋਸਰ ਵਾਲਾ ਰਸਤਾ ਜਿਹੜਾ ਨਾ ਲੋਸਰ ਵਾਲਾ ਉਹ ਫੜ ਲਿਆ, ਲੋਸਰ ਨੂੰ ਤੁਰ ਪਿਆ ਜੀ ਲੋਸਰ ਤੋਂ। ਮੈਂ ਜੀ ਜੈਸਲਮੇਰ ਨੋਨ ਸਟੋਪ ਕਰਨਾ ਹੁਣ, ਅਕਤੂਬਰ ਵਿੱਚ ਕਰਨਾ ਸੀ ਜੈਸਲਮੇਰ, ਘਰ ਲੈ ਲਊ ਮੈਂ ਮਾਸਟਰ ਦਾ ਸੁਪਰ ਮੰਡੀ ਔਰ ਨਾਲ ਦੇ ਬੰਦੇ ਵੀ ਜਿਹੜਾ ਕੋਈ ਰੈਡੀ ਹੋਊਗਾ ਉਹਨਾਂ ਨੂੰ ਸਲਾਹ ਬਣਾ ਲਵਾਂਗੇ, ਅਤੇ ਕਰਨਾ ਸਿੱਧੇ ਜੈਸਲਮੇਰ ਹੀ ਆ, ਬੁੱਕ ਕਰਾ ਦੇਣਾ ਪਹਿਲਾਂ ਹੀ। ਫਿਰ ਕਿਰਪਾ ਹੋ ਗਈ ਆਪਣੀ, ਇਹ ਜਿਹੜਾ ਨਾਲਾ ਬੰਦ ਕਰਤਾ ਗਿਆ ਉੱਥੇ ਸੜਕ ਬਣ ਗਈ ਨਹੀਂ, ਅਤੇ ਇੱਥੋਂ ਵੀ ਅਸੀਂ ਵਿੱਚੋਂ ਹੀ ਲੰਘਣਾ ਸੀ ਆ ਰਿਹਾ ਪਾਣੀ। ਬ੍ਰੇਕ ਦੇ ਸਲਾਹ ਕਰਨ ਡਿਆ ਵੀ ਕੀਤਾ ਤਾਂ ਕੀਤਾ ਕੀ ਜਾਏ, ਚੰਦਰ ਤਾਰ ਲੇਕ ਤਾਂ ਅਸੀਂ ਪਹੁੰਚ ਜਾਣਾ ਵਾ 12 ਤੋਂ ਕੀਤਾ ਕੀਤਾ ਜੀ, ਉਹਦੇ ਲਾਗੇ ਸਾਗੇ ਹੁਣ ਹੋਮ ਸਟੇ ਆ, ਉੱਥੋਂ ਗਾਂਹ ਕੁਛ ਨਹੀਂ ਆ ਅਤੇ ਆਫ ਰੋਡ ਆ, ਟਾਈਮ 10 ਵੱਜ ਗਏ ਆ, ਇੱਦਾਂ ਦਾ ਰਾਹ ਜਿਹਾ ਵੇਖੋ ਰਾਹ, ਇਹਨੂੰ ਰਾਹ ਕਹਿੰਦੇ ਆ, ਅਜੇ ਕਹਿੰਦੇ ਆਫ ਰੋਡ ਆਉਣਾ ਵਾ, ਆਲੇ ਦੁਆਲੇ ਪਹਾੜ ਆ, ਬਸ ਇੱਥੋਂ ਹੀ ਚੱਲਣ ਲੱਗੇ ਹਾਂ ਅੱਗੇ ਤੁਰਨ ਲੱਗੇ। ਆਉਣ ਵਾਲੇ ਸਮੇਂ 'ਚ ਬਣ ਜਾਊਗਾ ਜਾਬ ਦਾ ਮੈਨੂੰ, ਇੱਦਾਂ ਮਿੱਟੀ ਡਾਉਣੀ ਗੱਡੀ, ਉਹ ਮਿੱਟੀ ਡਾਈ ਆ, ਉਹ ਆਉਂਦੀ ਆ, ਇਹਨੇ ਮਿੱਟੀ ਡਾ ਦੇਣੀ ਹੁਣ, ਇਹਨੇ ਭੂਤ ਬਣਾ ਦੇਣਾ, ਮੈਂ ਆਪਣੇ ਆਪ ਨੂੰ ਇੱਦਾਂ ਕਵਰ ਕਰ ਲਿਆ। ਤੀਜਾ ਵਾਟਰਫਾਲ ਆ, ਇਹ ਵੀ ਬਾਈਪਾਸ ਕਰਤਾ ਗਿਆ ਵਾ, ਵਾਟਰਫਾਲ ਆ ਇਹਨੂੰ ਬਾਈਪਾਸ ਕਰਤਾ ਗਿਆ ਵਾ, ਮਸਾਗਰ ਰੋਡ ਦਿਖੀ ਆ, ਇਹਨੇ ਥੋੜ੍ਹਾ ਸੁੱਖ ਦਾ ਸਾਹ ਦਿੱਤਾ, ਮਾੜੀ ਜਿਹੀ ਰੋਡ ਦਿਖੀ ਆ, ਕੰਮ ਚੱਲਣ ਡਿਆ ਜ਼ੋਰਾਂ ਸ਼ੋਰਾਂ 'ਚ, ਕੰਮ ਚੱਲਣ ਡਿਆ ਜ਼ੋਰਾਂ ਸ਼ੋਰਾਂ 'ਚ, ਇਹ ਆਫ ਰੋਡ ਸਿਰੇ ਦਾ ਸਿਰੇ ਦਾ, ਆਹ ਪੱਥਰਾਂ ਨੂੰ ਪਰਲੂ ਨਾ ਨਾ ਫੇਂਤਾ ਵਾ, ਤਾਂ ਅਸੀਂ ਥੋੜ੍ਹਾ ਬਹੁਤਾ ਲੰਘ ਸਕਣ ਡੇ, ਉੱਦਾਂ ਲੰਘਣਾ ਪੋਸੀਬਲ ਨਹੀਂ ਹੈਗਾ। ਹੈਲੀਪੈਡ ਇਹ ਲੋਸਰ ਲਿਖਿਆ ਆ ਬੋਰਡ 'ਤੇ, ਅਤੇ ਹੈਲੀਪੈਡ ਆ ਇੱਧਰ ਹੈ ਸ਼ਾਇਦ, ਸਿੱਧਾ ਪੁੱਲ ਆ ਲੋਹੇ ਲੋਹੇ ਦਾ ਅਤੇ ਲੱਕੜ ਦਾ ਮਿਕਸ, ਵਨ ਵਹੀਕਲ ਹੈ, ਹਵਾ ਬਹੁਤ ਤੇਜ਼ ਆ, ਵਿੱਚ ਦਾ ਵੇਖੋ ਕਿੱਦਾਂ ਸ਼ੋਰ ਆ ਰਿਹਾ ਵਾ, ਹੁਣ ਆਪਾਂ ਅੱਗੇ ਵੱਧ ਰਹੇ ਹਾਂ ਜੀ, ਇੱਕ ਗੱਲ ਹੈਗੀ ਆ ਆਉਣ ਵਾਲੇ ਸਮੇਂ 'ਚ ਇਹ ਰਸਤਾ ਬਣ ਜਾਣਾ ਜ਼ਰੂਰ, ਅਤੇ ਬਣਨਾ ਵੀ ਚੌੜਾ ਵਾ, ਕਾਫੀ ਚੌੜਾਈ ਜਿਹੜੀ ਆ, ਤਾਂ ਵੇਖੋ ਕਿੱਦਾਂ ਕੰਮ ਚੱਲਣ ਡਿਆ ਵਾ, ਅਤੇ 5-7 ਸਾਲ ਲਾ ਲਓ ਉਹਦੇ ਵਿੱਚ ਇਹ ਰਸਤਾ ਬਣੇਗਾ, 180 ਕਿਲੋਮੀਟਰ ਮਨਾਲੀ ਤੋਂ ਤੁਸੀਂ ਆਨੰਦ ਨਾਲ ਆਪਣੇ ਪਰਿਵਾਰ ਸਮੇਤ ਲਾਹੌਲ ਸਪਿਟੀ ਦੇ ਨਜ਼ਾਰੇ ਲੈ ਸਕਦੇ ਜੀ।
ਹੈਗੇ ਜੀ ਇੱਥੇ ਆ ਚੈੱਕ ਨਾਕਾ ਮੇਰੇ ਮਗਰ ਤੁਸੀਂ ਵੇਖਣ ਦੇ ਜੇ ਇੱਥੇ ਇੱਕ ਹੈ ਜੋਮ ਕਾਇਤ ਹੋਮ ਸਟੇ ਆ ਫੂਡ ਪੁਆਇੰਟ ਆ ਲੋਸਰ ਜੀ ਇਹਦਾ ਮੋਬਾਈਲ ਨੰਬਰ ਵੀ ਆ 90 15 12 76 57 ਇਹ ਤਾਂ ਤੁਸੀਂ ਰਹਿ ਸਕਦੇ ਜੇ ਰਿਹਾਇਸ਼ ਆ ਇੱਥੋਂ 19 ਕਿਲੋਮੀਟਰ ਕੁੰਜਮ ਪਾਸ ਦੀ ਆਪਾਂ ਚੜ੍ਹਾਈ ਚੜ੍ਹਨੀ ਆ ਅਤੇ ਉਹ ਤੋਂ ਗਾਂਹ 10 ਕਿਲੋਮੀਟਰ ਚਾਚੀ ਢਾਬਾ ਵਾ ਅਤੇ ਕੁੰਜਮ ਪਾਸ ਦੀ ਉਹ ਜਿਹੜੀ ਬਰਫ਼ ਸਾਹਮਣੇ ਵੇਖਣ ਡੇ ਜੇ ਆ ਬਰਫ਼ ਆ ਇਹ ਕਿਤੇ ਨਾ ਕਿਤੇ ਕੁੰਜਮ ਪਾਸ ਨੂੰ ਰੀਲ ਕਰਦੀ ਆ ਇਹ ਇੱਥੇ ਆਪਾਂ ਕੁੰਜਮ ਪਾਸ ਦੇ ਕ੍ਰਾਸ ਕਰਕੇ ਫਿਰ ਚਾਚਾ ਚਾਚੀ ਢਾਬਾ ਅਤੇ ਫਿਰ ਅੱਗੇ ਤੁਰਾਂਗੇ ਇੱਥੇ ਕੁਝ ਨਾ ਕੁਝ ਕੌਫੀ ਪੀ ਰਹੇ ਨੇ ਇਹਦੇ ਨਾਲ ਐਂਟਰੀ ਕਰਾਉਣੀ ਐਂਟਰੀ ਕਰਾਉਂਦੇ ਆ ਜੀ ਭੂਤ ਹੀ ਬਣ ਗਏ ਉੱਦਾਂ ਹੁਣ ਕੰਮ ਭੂਤ ਵਾਲਾ ਹੀ ਆ ਇਹ ਰਸਤਾ ਸਾਰਾ ਹੀ ਆਫ ਰੋਡ ਹੈ ਤਾਂ ਕਿ ਤੁਹਾਨੂੰ ਸਹਾਇਤਾ ਹੋ ਸਕੇ ਹੋਟਲ ਦਾ ਸਪੇਟ ਕਾਜਾ ਆਪਦਾ ਮੋਬਾਈਲ ਨੰਬਰ ਆ ਉਹ ਹੋਟਲ ਵੇਖੋ ਉਹਨਾਂ ਦੇ ਮੋਬਾਈਲ ਨੰਬਰ ਵੀ ਲਿਖੇ ਆ ਸੰਪਰਕ ਕਰ ਸਕਦੇ ਜੀ ਤੁਹਾਨੂੰ ਕੋਈ ਵੀ ਤੰਗੀ ਜਿਹੜੀ ਹੈ ਨਾ ਹੋਵੇ ਉਹਦੇ ਕਰਕੇ ਮੈਂ ਨੰਬਰ ਦਿੰਦਾ ਵਾਂ ਆ ਚਲੋ ਹਦਾਇਤਾਂ ਵਾਂ ਸਿਆਹੀ ਬਣੀਆਂ ਵੀ ਇੱਥੋਂ ਇਹ ਲੋਹਸਰ ਆ ਇਹ ਲੋਹਸਰ ਤੋਂ 1 ਕਿਲੋਮੀਟਰ ਬਾਅਦ ਸਾਰੀਆਂ ਰੇਂਜਾਂ ਬੰਦ ਹੋ ਜਾਂਦੀਆਂ ਕਿਹਦਾ ਫੋਨ ਨਹੀਂ ਕਰਨਾ ਅਤੇ ਕਿਉਂਕਿ ਪਾਸ ਆ ਜਾਣਾ ਵਾ ਅਤੇ ਬਾਅਦ 'ਚ ਕੋਕਸਰ ਇੱਥੋਂ 90 ਕਿਲੋਮੀਟਰ ਆ ਲੈ ਕੇ 90 ਕਿਲੋਮੀਟਰ ਦਾ ਕੋਈ ਰਹਿਣ ਦੀ ਰਿਹਾਇਸ਼ ਨਹੀਂ ਆ ਕੋਈ ਫੋਨ ਦੀ ਰਿਹਾਇਸ਼ ਨਹੀਂ ਕੁਛ ਨਹੀਂ ਆ ਅਤੇ ਚੰਦਰਤਾ ਲੇਕ ਜਿਹੜੀ ਆ ਉਹ ਜਿਹੜਾ ਆਉਣਾ ਸਾਡਾ ਆ ਕੁੰਜਮ ਪਾਸ ਆ ਉਹ ਤੋਂ ਅਗਲੇ ਬੰਨੇ ਫਿਰ 11 ਕਿਲੋਮੀਟਰ ਇਹ ਮੇਨ ਰੋਡ ਤੋਂ ਹਟ ਕੇ ਆ ਉਹ 11 ਕਿਲੋਮੀਟਰ ਲਈ 1 ਘੰਟਾ ਦਾ ਰਸਤਾ ਜਿਹੜਾ ਵਾ ਅਤੇ ਦੂਜੀ ਸਮੱਸਿਆ ਇਹ ਵੀ ਚੰਦਰਤਾ ਲੇਕ ਟੈਂਟ ਮਿਲਦੇ ਆ ਉਹ ਪਹਿਲਾਂ ਬੁੱਕ ਕਰਾਏ ਹੁੰਦੇ ਆ ਅਤੇ ਅਸੀਂ ਉਹ ਟੈਂਟ ਬੁੱਕ ਨਹੀਂ ਕਰਾਇਆ ਅਤੇ ਦੂਜਾ ਮਸਲਾ ਵੀ ਜੇ ਜਾਈਏ ਤਾਂ ਟੈਂਟ ਮਿਲਦਾ ਕਿ ਨਹੀਂ ਮਿਲਦਾ ਜੇ ਟੈਂਟ ਨਾ ਮਿਲਿਆ ਸ਼ਾਮਾਂ ਨੂੰ ਚੰਦਰਤਾ ਤੋਂ ਹੁਣ ਨਿਕਲਣਾ ਪੈਣਾ ਵਾ 55 ਕਿਲੋਮੀਟਰ ਕੋਕਸਰ ਜਾਣਾ ਪੈਣਾ ਵਾ ਜਿਹਦੇ 5 ਘੰਟੇ 6 ਘੰਟੇ ਲੱਗਦੇ ਆ ਇਹ ਸਾਨੂੰ ਸਮੱਸਿਆ ਸੋਚ ਰਹੇ ਹਾਂ ਵੀ ਕੀਤਾ ਅਤੇ ਕੀਤਾ ਕਿ ਸਾਰੀ ਜਾਣਕਾਰੀ ਪ੍ਰਾਪਤ ਕਰ ਰਹੇ ਹਾਂ ਕਿ ਜਾਂ ਕੇ ਇੱਥੇ ਰਹੋ ਜਾਂ ਫਿਰ ਨਿਕਲਣਾ ਤਾਂ ਬੜਾ ਕੰਮ ਖਤਰਨਾਕ ਹੋ ਜਾਣਾ ਰਾਤ ਪੁੱਛ ਤੁਸੀਂ 12 ਵਜੇ ਮਨਾਲੀ ਮੈਂ ਬਣ ਗਿਆ ਪੂਰਾ ਅੰਗਰੇਜ਼ ਘੱਟਾ ਪਿਆ ਕੇ ਮੂੰਹ 'ਚ ਮੂੰਹ ਸਾਫ਼ ਕੀਤਾ ਹੁਣ ਫੈਸਲਾ ਇਹ ਕੀਤਾ ਵੀ ਲੇਕ ਤੋਂ ਨਾ ਥੋੜ੍ਹਾ ਜਿਹਾ 3-4 ਕਿਲੋਮੀਟਰ ਗਾਂਹ ਹੁੰਦਾ ਵਾ ਬਾਟਲ ਕੋਈ ਜਗ੍ਹਾ ਵਾ ਉੱਥੇ ਹੋਮ ਸਟੇ ਹੁੰਦੇ ਆ ਸਾਡਾ ਰਾਦਾ ਵੀ ਪਹਿਲਾਂ ਬਾਟਲ ਪਹੁੰਚ ਜਾਈਏ ਉੱਥੇ ਹੋਮ ਸਟੇ ਲੈ ਕੇ ਜੇ ਸਾਨੂੰ ਮਿਲ ਜਾਈਏ ਉੱਥੇ ਅਤੇ ਉੱਥੇ ਲੈ ਕੇ ਸਮਾਨ ਛੱਡ ਕੇ ਲੇਕ ਨੂੰ ਬਾਅਦ 'ਚ ਵੇਖ ਲਈਏ ਇਹ ਸਿਸਟਮ ਆ ਕਿਉਂਕਿ ਮਨਾਲੀ ਜਾਣਾ ਹੁਣ ਕੰਮ ਔਖਾ ਹੋ ਗਿਆ ਘੰਟੇ ਬਹੁਤ ਦੱਸਣ ਡਿਆ 12-11 ਵਜੇ ਜੋ ਪਹੁੰਚ ਗਈ ਉੱਥੇ ਰਾਤ ਦਾ ਸਫ਼ਰ ਨਹੀਂ ਕਰਨਾ ਚਾਹੀਦਾ ਬਹੁਤ ਗਲਤ ਇਹ ਚੀਜ਼ ਆ ਖਾਸ ਕਰਕੇ ਇਹੋ ਜਿਹੇ ਹਾਲਾਤ ਵਿੱਚ ਅਤੇ ਇੱਕ ਖਤਰਨਾਕ ਸਫ਼ਰ ਹੈ ਜੀ ਸਪੀਡੀ ਦਾ ਜਦੋਂ ਤੁਸੀਂ ਮਨਾਲੀ ਤੋਂ ਸਪੀਡੀ ਨੂੰ ਆਉਂਦੇ ਜੇ ਆਪਾਂ ਰੈਡੀ ਹੋ ਗਏ ਹਾਂ ਇੱਥੋਂ ਆਪਾਂ ਹੁਣ ਤੁਰਨ ਲੱਗੀਆਂ ਪੰਜਾਂ ਭਾਅ ਦੀ ਚੜ੍ਹਾਈ 19 ਕਿਲੋਮੀਟਰ ਚੜ੍ਹਨ ਲੱਗੇ ਹਾਂ ਅਤੇ ਆਪਾਂ ਬਟਲ ਜਿਹੜੀ ਜਗ੍ਹਾ ਵਾ ਉੱਥੇ ਪਹੁੰਚ ਕੇ ਫਿਰ ਅਪਡੇਟ ਕਰਦੇ ਹਾਂ ਇਹ ਸਿਸਟਮ ਆ ਬਹੁਤ ਸਾਰੇ ਲੋਕ ਵੈਸੇ ਟਰੈਵਲ ਕਰਦੇ ਆ ਪੰਜਾਬ ਦੇ ਵੇਖੋ ਕਿੰਨੇ ਟਰੈਵਲਰ ਇੱਥੇ ਪਹੁੰਚੇ ਹੋਏ ਆ ਆਪਣੀਆਂ ਗੱਡੀਆਂ 'ਤੇ ਆ ਜਾਂਦੇ ਆ ਪਰ ਟਾਈਮ ਖੋਲ੍ਹਾ ਜਾਏਗਾ ਰਵਾਨਗੀ ਆ ਚਲੋ
ਚਲੋ ਜੀ ਕੁੰਜਮ ਪਾਸ ਨੂੰ ਅੱਜਾ ਸਫ਼ਰ ਸਟਾਰਟ ਹੋ ਗਿਆ ਜੀ। ਪਹਿਲੀ ਗੱਲ ਜਿਹੜੀ ਸਿੱਖਣ ਨੂੰ ਮਿਲੀ ਆ ਕੁੰਜਮ ਪਾਸ ਦੇ ਰਾਹ 'ਚ ਉਹ ਹੈ ਜਲ ਹੈ ਅਨਮੋਲ, ਉਹਨਾਂ ਲਿਖਤਾ ਵੀ ਕੋਈ ਨੈਟਵਰਕ ਨਹੀਂ ਆਉਣਾ ਇੱਥੋਂ, ਹਵਾ ਬਹੁਤ ਜ਼ਿਆਦਾ ਤੇਜ਼ ਆ, ਨੈਟਵਰਕ ਕੋਈ ਨਹੀਂ ਆ। ਹੁਣ ਆਪਾਂ ਵੱਧ ਰਹੇ ਆਪਣੇ ਸਫ਼ਰਾਂ ਨੂੰ, ਆਪਣੀ ਮੰਜ਼ਿਲ ਨੂੰ। ਕੁੰਜਮ ਪਾਸ ਨੂੰ ਵੱਧ ਰਹੇ ਹਾਂ, ਪਹਿਲੀ ਬਰਫ਼ ਆ ਜਿਹੜੀ ਹੈਗੀ ਆ ਕੁੰਜਮ ਪਾਸ 'ਤੇ, ਹੋਰ ਹੀ ਬਰਫ਼ ਹੋਣੀ ਆ, ਛੋਟੇ ਛੋਟੇ ਥੋਥੇ ਜਿਹੜੇ ਤੁਹਾਨੂੰ ਮਿਲਣੇ ਸ਼ੁਰੂ ਹੋ ਚੁੱਕੇ ਆ। ਕੁੰਜਮ ਪਾਸ ਅਜੇ ਹੈਗਾ ਵਾ ਲਗਭਗ 15 ਕਿਲੋਮੀਟਰ ਇੱਥੋਂ ਅਜੇ ਹੋਰ, ਅਤੇ ਬਟਲ ਸਾਡਾ ਇਰਾਦਾ ਵਾ ਵੀ ਉੱਥੇ ਜਾ ਕੇ ਲੱਭਣ ਦੀ ਕੋਸ਼ਿਸ਼ ਕਰੀਏ ਕਮਰਾ। ਮਾਈਨਰ ਵਾਟਰ ਕਰੋਸਿੰਗ, ਮਾਈਨਰ ਪਹਿਲੀਆਂ ਤਿੰਨ ਹੀ ਇਹ ਮਾਈਨਰ ਆ, 3:30 ਹੋ ਗਈ, 3:15 ਹੀ, 3:15 ਹੋ ਗਈ। ਚਲੋ ਉਹ ਬੰਦੇ ਸਾਡੇ ਵੇਖੋ ਕਿੱਦਾਂ ਟਰਨ ਲਿਆ ਕੇ, ਯੂ ਟਰਨ ਲਿਆ ਕੇ ਦੇ ਜਾ ਰਹੇ ਆ। ਸਲਿਪ ਹੋਇਆ ਨਾ, ਚਲੋ ਕੋਈ ਨੀ ਖਿੱਚੋ, ਮੈਂ ਮਾੜਾ ਧੱਕਾ ਲਾ ਦਾ ਕਿਉਂਕਿ ਪਿਆ ਤੇ ਲੱਗਣਾ। ਆਹ ਜਿਹੜੀ ਵੇਖਣ 'ਚ ਲੱਗਦੀ ਹੈ ਨਾ ਈਜੀ, ਆਹ ਵੇਖਣ 'ਚ ਕੈਮਰੇ 'ਚ ਨਹੀਂ ਪਤਾ ਲੱਗਣਾ, ਇਹ ਬੜੀ ਆਹ ਜਿਹੜੀ ਵਿੱਚ ਮਿੱਟੀ ਆ ਨਾਲ ਪੱਥਰ ਆ, ਇਹ ਚੀਜ਼ ਜਿਹੜੀ ਆ ਤਿਲਕ ਜਾਂਦੀ ਆ, ਪੂਰਾ ਮੁੱਠਾ ਘੁੰਮਾ ਕੇ ਨਾ ਦੇਖਦਾ ਫਿਰ ਚੜ੍ਹਦੀ ਚੀਜ਼ ਖਾਲੀ। ਅਜੇ ਤਾਂ 2-2 ਦਿਨ ਲੰਘਦੇ ਆ, ਇਹ ਕੰਮ ਗਲਤੀ ਆ ਇਹਨਾਂ ਦੀ, ਇੱਕ ਬੰਦੇ ਦਾ ਕੰਮ ਬੜਾ ਔਖਾ, 2-2 ਬੰਦੇ ਜਿਹੜੇ ਜਾਂਦੇ ਆ ਬਹੁਤ ਜ਼ਿਆਦਾ। ਹਾਂ ਬਰਫ਼ ਨਾ ਤਾਜ਼ੀ ਤਾਜ਼ੀ ਆ, ਪੰਜਾਬ ਪਾਸ ਵੀ ਤਾਜ਼ੀ ਬਰਫ਼ ਹੁੰਦੀ ਆ, ਚਿੱਟੀ ਆ ਬਹੁਤ। ਮੈਂ ਮਾੜਾ ਧੱਕਾ ਲੱਗਦਾ ਢਲਾਨ ਸਿੱਧੀ ਚੜ੍ਹਦਾ, ਇਹ ਲਓ ਕਰੋ ਸਦਾ। ਚਲੋ ਵੇਖਣ 'ਚ ਨਹੀਂ ਪਤਾ ਲੱਗਦਾ ਪਰ ਬਹੁਤ ਸਲਿੱਪ ਆ ਇੱਥੇ ਹੋਣ ਡਿਆ ਕੰਮ।
ਚੜ੍ਹਾਈ ਹੈ ਨਾ, ਇਹਨੂੰ ਕਹਿੰਦੇ ਸਪਿਟੀ ਰਾਈਡ। ਆਲਾ ਫੜ ਫੜ, ਇਹ ਆਲਾ ਫੜ, ਆਲਾ ਫੜ, ਇਹ ਆਲਾ ਫੜ, ਆਲਾ ਫੜ, ਆਲਾ ਫੜ। ਇੱਦਾਂ ਦਾ ਪੱਧਰ ਆ ਜਾਏ ਨਾ, ਫਿਰ ਨਹੀਂ ਮੰਨਦੇ ਕਿਸੇ ਨੂੰ, ਪਰ ਪਤਲਾ ਹੁੰਦਾ ਨਹੀਂ। ਅੱਗੇ ਵੇਖੋ ਕੀ ਆ ਗਿਆ, ਇੱਧਰ ਡੂੰਘੀ ਹੋਣੀ ਆ, ਇਹਨੇ ਵੀ ਲੰਘਣਾ, ਅਸੀਂ ਵੀ ਲੰਘਣਾ, ਮਗਰ ਵੀ ਵੇਖੋ ਮੋਟਰ ਫਿਰ ਡਿੱਗ ਗਿਆ ਆਪਣਾ, ਹੁਣ ਸੁਣਗਾ ਆ ਗਿਆ, ਆ ਗਏ ਅਸੀਂ, ਆ ਗਏ। ਹਾਂ ਕੋਈ ਨਹੀਂ, ਕਰਦੇ ਸੈੱਟ ਕੰਮ। ਆ ਵੇਟ ਕਰੋ, ਵੇਟ ਕਰੋ, ਵੇਟ, ਜਾਵਾਂ ਉੱਤ ਕੇ। ਚੁੱਕੀ ਗਈ ਆ, ਚੁੱਕਿਆ ਗਿਆ ਵਾ, ਆ ਗਈ ਵਾਰੀ ਸਾਡੀ। ਉਹ ਮਿੱਟੀ ਦੂਜੀ ਸੁੱਕੀ ਮਿੱਟੀ, ਆਹ ਗਿੱਲੀ ਮਿੱਟੀ ਆ, ਬਹੁਤ ਖਤਰਨਾਕ ਰਸਤਾ ਜੀ, ਬਹੁਤ ਖਤਰਨਾਕ, ਥੋੜ੍ਹਾ ਖਤਰਨਾਕ ਨਹੀਂ ਆ,
ਬਹੁਤ ਨੂੰ ਵੀ ਅੱਗੇ ਬਹੁਤ ਬਹੁਤ ਲਾ ਲਓ ਕਿਤੇ, ਉਹ ਵੀ ਘੱਟ ਨਹੀਂ ਹੋਊਗਾ। ਮਾੜਾ ਮੋਟਾ ਬੰਦਾ ਨਹੀਂ ਇੱਥੇ ਆ ਸਕਦਾ ਅਤੇ ਮਾੜਾ ਮੋਟਾ ਮੋਟਰਸਾਈਕਲ ਵੀ ਨਹੀਂ ਆ ਸਕਦਾ। ਹੈਂ ਕੀ ਮੋਟਰ ਪਹਿਲਾਂ ਡੇਕਿਆ ਸੀ, ਚੁੱਕੇ ਮਿੱਟੀ 'ਤੇ ਚੁੱਕ ਕੇ ਆਇਆ, ਕਾਹਲੀ ਲਾ ਨਹੀਂ ਜਾ ਰਹੇ ਅੱਗੇ। ਨੱਚ ਰਹੇ ਸਕੂਟਰ ਸਾਡੇ, ਨੱਚ ਰਹੇ ਆ। ਚਲੋ 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 ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਆ ਜਾਓ। ਇੱਕ ਹੋਰ ਕ੍ਰੋਸਿੰਗ ਬੜੀ ਸੋਹਣੀ ਆ, ਦ੍ਰਿਸ਼ ਵੇਖੋ ਤੁਸੀਂ, ਮਨ ਨੂੰ ਮੋਲੂਗਾ। ਖਤਰਨਾਕ ਕਨਾਲ ਆਇਆ ਵਾ, ਜਿੱਦਾਂ ਨਿਆਣੇ ਬੈਠੇ ਹੁੰਦੇ ਥੱਲੇ। ਇਹਦੇ ਲਾਊਂਗਾ ਪੈਰ ਆਪਣਾ, ਇਹਦੇ ਲਾਊਂਗਾ ਪੰਜਾ। ਆਹ ਪੱਥਰ ਵੇਖੋ ਕਿੱਡੇ ਕਿੱਡੇ ਵੱਡੇ ਡਿੱਗੇ ਉੱਤੋਂ, ਇਹ ਕਿਸੇ ਦੇ ਵਾਜੇ ਅਤੇ ਉੱਥੇ ਰਹਿਣਾ ਕੀ ਆ, ਖਿਆਲ ਤਾਂ ਵੀ ਰੱਖ ਕੇ ਆਉਣਾ ਪੈਂਦਾ ਵਾ। ਜੰਮੀ ਆ, ਪਾਣੀ ਜੰਮ ਗਿਆ।
ਬ੍ਰਿਜ ਇੱਕ ਸਾਡੇ ਮਾਸਟਰ ਲੰਮੇ ਪੈ ਗਏ ਜੀ। ਆਹ ਵੀ ਕੰਮ ਔਖਾ ਹੀ ਆ ਸਾਨੂੰ ਕਹਿੰਦਾ, ਅੱਗੇ ਨਿੱਕੇ ਹੁੰਦੇ ਨਾ ਇੱਥੇ ਸਮੱਸਿਆ ਜਿਹੜੀ ਕ੍ਰੀਏਟ ਹੁੰਦੀ। ਲੱਕੜ ਦਾ ਬੋਲਿਆ ਜੀ, ਲੱਕੜ ਦਾ ਇੱਥੋਂ ਲੰਘਣਾ ਵੀ ਕੋਈ ਸੌਖਾ ਕੰਮ ਨਹੀਂ ਆ। ਆਹ ਮਾਸਟਰ ਦਾ ਮੋਟਰਸਾਈਕਲ ਤੇ ਉੱਪੜਿਆ ਵੇਖੋ, ਆ ਗਈ ਮੇਰੀ ਵਾਰੀ। ਜਿਉਂ ਜਿਉਂ ਪਾਸ ਲਾਗੇ ਆਉਣ ਡਿਆ ਸਲਾਬ ਵੱਧਦੀ ਜਾਣ ਡੀ ਆ, ਬਰਫ਼ ਵੱਧਦੀ ਜਾਣ ਡੀ ਆ, ਚਿੱਕੜ ਵੱਧਦਾ ਜਾਣ ਡਿਆ ਵਾ। ਹੁਣ ਪਾਸ ਤੋਂ ਅਸੀਂ ਬਹੁਤ ਜ਼ਿਆਦਾ ਦੂਰ ਨਹੀਂ ਹੋਵਾਂਗੇ। ਮਾਈਨਰ ਮਾਈਨਰ ਵਾਟਰ ਕਰੋਸਿੰਗ ਆਉਂਦੀਆਂ ਬੜੀਆਂ, ਇਹ ਤਾਂ ਆਨੰਦ ਆ ਆਨੰਦ ਸਾਡਾ। ਸੁੱਕਾ ਜਾਊਗਾ ਇਹ, ਕੌਣ ਮੈਂ ਅੱਗ ਲਾ ਕੇ ਆਇਆ ਰੱਖ ਜਾ। ਚਲੋ ਕਿੱਥੇ ਆ ਗਿਆ ਵਾ, ਬਹੁਤ ਜ਼ਿਆਦਾ ਹੀ ਖਤਰਨਾਕ ਰਸਤਾ ਵਾ ਜੀ, ਹੱਦਾਂ ਹੀ ਟੱਪੀਆਂ ਹੱਦਾਂ। ਵੇਖੋ ਕਿੱਦਾਂ ਬਰਫ਼ ਪਿਘਲ ਪਿਘਲ ਕੇ ਆਉਣ ਡੀ ਆ। ਲਗਭਗ ਅੱਧੇ ਕਿਲੋਮੀਟਰ ਤੋਂ ਇਹੋ ਕੰਮ ਚੱਲਣ ਡਿਆ ਵਾ, ਬਹੁਤ ਸਾਰੀ ਪਿਘਲ ਪਿਘਲ ਕੇ ਆਉਣ ਡੀ ਆ। ਜਿੱਥੇ ਥਾਂ ਲੱਭਦਾ ਕੱਟਣ ਦੀ ਕੋਸ਼ਿਸ਼ ਕਰੀ ਦੀ ਆ, ਅਤੇ ਬੈਗ ਮੇਰਾ ਉਲਟ ਗਿਆ ਵਾ, ਉਹਨੂੰ ਹੁਣ ਰੋਕ ਕੇ ਠੀਕ ਕਰਨਾ ਪੈਣਾ ਮੈਨੂੰ। ਸਲਿਪਰੀ ਹੋ ਜਾਂਦਾ ਕਾਫੀ ਏਰੀਆ, ਕੁੰਜਾਂ ਪਾਸ ਬਿਲਕੁਲ ਕਲੋਜ਼ ਜੀ। ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਕੁੰਜਮ ਪਾਸ, ਆਹ ਜਿਹੜਾ ਗੇਟ ਆ ਉੱਥੇ ਦਿਖਿਆ ਸਾਰਾ ਕੁਝ। ਉਚਾਈ ਹੈਗੀ ਆ 4590 ਮੀਟਰ, ਕਾਜਾ 78 ਕਿਲੋਮੀਟਰ, 78 ਕਿਲੋਮੀਟਰ ਅਸੀਂ ਪੈਣਾ ਤਿਆ ਕਰ ਰਹੇ ਹਾਂ। ਲੋਸਰ 19 ਕਿਲੋਮੀਟਰ, ਇੱਧਰ ਇੱਕ ਬਣਿਆ ਵਾ ਬੁੱਧ ਧਰਮ ਦਾ ਹੀ ਆ, ਟਰੈਕਟਰ ਜਾਂਦੇ ਆ ਉੱਥੋਂ ਘੁੰਮ ਕੇ ਬਸ ਵੇਖ ਕੇ ਅਤੇ ਆ ਜਾਂਦੇ ਆ। ਇਹ ਕੁੰਜਮ ਪਾਸ ਦਾ ਨਜ਼ਾਰਾ ਵਾ।